ਖੇਤਾਂ 'ਚ ਖੜੀ ਮਿਲੀ ਪੈਸਿਆਂ ਦੇ ਨਾਲ ਭਰੀ ਹੋਈ ਵਰਨਾ ਗੱਡੀ। ਚੋਣਾਂ ਤੋਂ ਪਹਿਲਾਂ ਫੜਿਆ ਗਿਆ ਵੱਡੀ ਮਾਤਰਾ 'ਚ ਕੈਸ਼। ਤਾਂ ਲੋਕ ਸਭਾ ਚੋਣਾਂ ਦੇ ਚੱਲਦੇ ਜਗਰਾਓ ਪੁਲਿਸ ਦੇ ਵੱਲੋਂ ਇੱਕ ਨਾਕਾ ਲਗਾਇਆ ਹੋਇਆ ਸੀ। ਇਸ ਹਾਈਟੈਕ ਨਾਕੇ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਕਰਮੀ ਖੜ੍ਹੇ ਸੀ। ਸਾਹਮਣਿਓਂ ਇੱਕ ਤੇਜ਼ ਰਫ਼ਤਾਰ ਵਰਨਾ ਗੱਡੀ ਆਉਂਦੀ ਹੈ। ਪੁਲਿਸ ਕਰਮੀਆਂ ਦੇ ਵੱਲੋਂ ਉਸ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਗੱਡੀ ਨਹੀਂ ਰੁਕੀ। ਇਸ ਗੱਡੀ ਦੇ ਵਿੱਚ ਕੁਝ ਨੌਜਵਾਨ ਸਵਾਰ ਸਨ। ਨਾਕਾ ਤੋੜਦੇ ਹੋਏ ਇਹ ਅੱਗੇ ਵੱਧ ਗਏ। ਪੁਲਿਸ ਨੇ ਕਾਫੀ ਦੂਰ ਤੱਕ ਪਿੱਛਾ ਕੀਤਾ ਤਾਂ ਅੱਗੇ ਜਾ ਕੇ ਖੇਤਾਂ ਦੇ ਵਿੱਚ ਇਹ ਗੱਡੀ ਖੜੀ ਮਿਲੀ, ਪਰ ਉਹ ਨੌਜਵਾਨ ਉੱਥੋਂ ਫਰਾਰ ਹੋ ਗਏ। ਇਸ ਗੱਡੀ ਦੇ ਅੰਦਰੋਂ 40,25,850 ਰੁਪਏ ਬਰਾਮਦ ਹੋਏ ਨੇ। ਹੁਣ ਜਿਸ ਨੂੰ ਪੁਲਿਸ ਨੇ ਮਾਲਖਾਨੇ ਦੇ ਵਿੱਚ ਜਮ੍ਹਾਂ ਕਰਵਾ ਕੇ ਇਨਕਮ ਟੈਕਸ ਵਿਭਾਗ ਨੂੰ ਵੀ ਇਸ ਬਾਰੇ ਸੂਚਨਾ ਦੇ ਦਿੱਤੀ ਹੈ। ਗੱਡੀ 'ਤੇ ਲੱਗੇ ਹੋਏ ਨੰਬਰ ਦੇ ਨਾਲ ਜਿਹੜਾ ਓਨਰ ਹੈ ਗੱਡੀ ਦਾ, ਉਸਦੀ ਪਹਿਚਾਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਵੱਡੀ ਗੱਲ ਹੈ, ਚੋਣਾਂ ਤੋਂ ਪਹਿਲਾਂ ਇੱਕ ਗੱਡੀ ਦੇ ਵਿੱਚੋਂ ਇੰਨਾ ਕੈਸ਼ ਬਰਾਮਦ ਹੋਣਾ, ਇਹ ਜਿਹੜੀ ਵੱਡੀ ਮਾਤਰਾ ਦੇ ਵਿੱਚ ਕੈਸ਼ ਬਰਾਮਦ ਹੋਇਆ ਹੈ, ਇਹ ਬਲੈਕ ਮਨੀ ਵੀ ਹੋ ਸਕਦੀ ਹੈ। ਬਾਕੀ ਇਹਦਾ ਜਾਂਚ ਦਾ ਵਿਸ਼ਾ ਹੈ। ਆਓ ਪੁਲਿਸ ਦਾ ਇਸ ਉੱਪਰ ਕੀ ਕਹਿਣਾ ਉਹ ਵੀ ਜਾਣ ਲੈਂਦੇ। ਕੱਲ੍ਹ ਮਾਜੋ DGP ਪੰਜਾਬ ਜੀ ਨੇ ਜਿਹੜੇ ਕਿ ਸਾਡੇ BC ਰਾਹੀਂ ਜਿਹੜੀ ਇਲੈਕਸ਼ਨ ਦੇ ਰਿਗਾਰਡਿੰਗ ਜਿਹੜੀ ਆ ਮੀਟਿੰਗ ਕੀਤੀ ਸੀ ਸਾਰੇ ਆਲ ਪੰਜਾਬ ਦੇ ਸੀਨੀਅਰ ਅਫਸਰਾਂ ਨੂੰ, ਅਤੇ ਉਹਦੇ ਵਿੱਚ ਜਿਹੜੀਆਂ ਹਦਾਇਤਾਂ ਦਿੱਤੀਆਂ ਸੀ ਉਹਦਾ ਹਦਾਇਤਾਂ ਦੇ ਮੁਤਾਬਕ ਸਾਡੇ ਮਾਨਯੋਗ SSP ਸਾਹਿਬ ਨਵਨੀਤ ਸਿੰਘ ਬੈਂਸ ਸਾਹਿਬ ਉਹਨਾਂ ਦੀ ਰਹਿਨੁਮਾਈ ਹੇਠ ਜਿਹੜਾ ਕਿ ਕੱਲ੍ਹ ਸ਼ਾਮੀ ਕਚਹਿਰੀਆਂ ਚੌਂਕ ਨਾਕਾਬੰਦੀ ਕੀਤੀ ਗਈ ਸੀ, ਅਤੇ ਉਸਦੇ ਵਿੱਚ SHO ਸਿਟੀ ਦੀ ਟੀਮ ਸੀ ਅਤੇ ਨਾਲ ਸਾਡੇ ਟ੍ਰੈਫਿਕ ਇੰਚਾਰਜ ਕੁਮਾਰ ਸਿੰਘ ਦੀ ਟੀਮ ਸੀ। ਇਹਨਾਂ ਨੇ ਨਾਕੇ ਦੌਰਾਨ ਜਿਹੜਾ ਸਾਡੇ ਕੋਲ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਆ, ਇਹ ਜਿਹੜੇ ਸ਼ੱਕੀ ਵਾਹਨ ਉਹ ਚੈੱਕ ਕੀਤੇ ਜਾਣ, ਅਤੇ ਜਿਸ ਤਰ੍ਹਾਂ ਅਸੀਂ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਲਈ ਜਿਸ ਤਰ੍ਹਾਂ ਟ੍ਰਿਪਲ ਰਾਈਡਿੰਗ ਵਿਦਾਊਟ ਨੰਬਰ ਪਲੇਟ ਅਤੇ ਬਲੈਕ ਫਿਲਮ ਜਿਹੜੇ ਸ਼ੀਸ਼ੇ ਆ ਉਹ ਗੱਡੀਆਂ ਦੀ ਚੈਕਿੰਗ ਕਰ ਰਹੇ ਸੀ, ਅਤੇ ਸਮਾਂ ਕੱਲ੍ਹ ਤਕਰੀਬਨ 4 ਵਜੇ ਦਾ ਸੀਗਾ ਕਿ ਜਿਸ ਦੇ ਵਿੱਚ ਇੱਕ ਗੱਡੀ ਵਰਨਾ PB06AB0081 ਉਹ ਵਾਈਟ ਕਲਰ ਗੱਡੀ ਰੁਕੀ ਗਈ। ਉਹ ਰੁਕਣ ਦਾ ਉਹਨੂੰ ਇਸ਼ਾਰਾ ਕੀਤਾ ਗਿਆ, ਬਟ ਉਹ ਗੱਡੀ ਲਾ ਕੇ ਇੱਧਰੋਂ ਮੋਗਾ ਸਾਈਡ ਸਲਿਪ ਰੋਡ ਤੋਂ ਆਏ ਸੀ, ਉਹ ਸਿੱਧਰੋਂ ਬੇਟ ਵੱਲੋਂ ਲੜਾਈ ਗੱਡੀ 'ਤੇ ਸਾਡੇ ਕਰਮਚਾਰੀਆਂ ਨੇ ਜਿਹੜਾ ਪਿੱਛਾ ਕੀਤਾ, ਪਿੱਛਾ ਕਰਕੇ ਜਦੋਂ ਗੱਡੀ ਅੱਗੇ ਉਹਨਾਂ ਨੇ ਗੱਡੀ ਰੋਕ ਕੇ ਅਤੇ ਉਹ ਗੱਡੀ ਵਿੱਚੋਂ ਦੌੜ ਗਏ ਅਤੇ ਦੌੜ ਕੇ ਭੱਜ ਗਏ ਜੀ। ਅਤੇ ਜਿਸ ਜਦੋਂ ਸਾਡੇ ਮੁਲਾਜ਼ਮਾਂ ਨੇ ਗੱਡੀ ਮਗਰ ਭਜਾਈ ਅਤੇ ਉਹ ਥੋੜ੍ਹਾ ਡਿਸਟੈਂਸ ਹੋ ਗਿਆ ਸੀਗਾ, ਅਤੇ ਉਹ ਆਪਣੇ ਉਹਨਾਂ ਦਾ ਪਤਾ ਨਹੀਂ ਲੱਗਾ ਵੀ ਕਿੱਧਰ ਦੌੜ ਗਏ। ਅਤੇ ਜਦੋਂ ਗੱਡੀ ਦੀ ਅਸੀਂ ਸੀਨੀਅਰ ਅਫਸਰਾਂ ਨੂੰ ਇਹਦੇ ਬਾਰੇ ਜਾਣਕਾਰੀ ਦੱਸੀ ਅਤੇ ਉਹ ਗੱਡੀ ਦੀ ਤਲਾਸ਼ੀ ਲਈ ਗਈ, ਅਤੇ DSP ਸਾਹਿਬ ਆਪਣੇ ਜਸਜੋਤ ਸਿੰਘ DSP ਜਗਰਾਓ ਉਹਨਾਂ ਨਾਲ ਲਿਆ, ਅਤੇ ਮੈਂ ਵੀ ਨਾਲੇ ਸੀਗਾ, ਅਤੇ ਅਸੀਂ ਉਹ ਗੱਡੀ ਦੀ ਜਦੋਂ ਤਲਾਸ਼ੀ ਲਈ ਉਹਦੇ ਵਿੱਚ ਜਿਹੜਾ ਕੈਸ਼ ਤਕਰੀਬਨ 40,25,850 ਰੁਪਏ ਜਿਹੜਾ ਕਿ ਪਾਇਆ ਗਿਆ। ਅਸੀਂ ਜਦੋਂ ਵਾਹਨ ਐਕਟ ਦੇ ਇਹ ਗੱਡੀ ਦਾ ਚੈੱਕ ਕੀਤਾ ਗਿਆ, ਅਤੇ ਗੱਡੀ ਜਿਹੜਾ ਜਤਿਸ਼ ਗਰੋਵਰ ਪੁੱਤਰ ਰਮੇਸ਼ ਕੁਮਾਰ ਗਰੋਵਰ ਬਾਸੀ ਮੁਹੱਲਾ ਉਧਵਾਸ ਫਿਰੋਜ਼ਪੁਰ, ਅਤੇ ਉਹਨਾਂ ਦੇ ਨਾਲ ਇੱਕ ਜਗੇਸ਼ ਕੁਮਾਰ ਪੁੱਤਰ ਰਾਮ ਕੁਮਾਰ ਬਾਸੀ ਵਾਰਡ ਨੰਬਰ 8 ਰਾਮਦਾਸ ਨਗਰ ਫਿਰੋਜ਼ਪੁਰ, ਅਤੇ ਰੋਹਿਤ ਸੇਠੀ ਪੁੱਤਰ ਅਮਨ ਸੇਠੀ ਬਾਸੀ ਫਿਰੋਜ਼ਪੁਰ। ਅਤੇ ਉਹ ਜਿਹੜਾ ਅਸੀਂ ਕੈਸ਼ ਹੈ ਅਤੇ ਗੱਡੀ ਅਸੀਂ 102 CRPC ਦੇ ਤਹਿਤ ਜਿਹੜੀ ਗੱਡੀ 18 ਵਿੱਚ ਉਹ ਬੰਦ ਕਰਤੀ ਹੈ, ਅਤੇ ਜਿਹੜਾ ਕੈਸ਼ ਹੈ ਉਹ ਅਸੀਂ ਮਾਲਖਾਨੇ ਵਿੱਚ ਜਮ੍ਹਾਂ ਕਰਾ ਕੇ ਉਹਦੀ DD ਐਂਟਰੀ ਪਾਤੀ ਹੈ ਜੀ। ਅਤੇ ਇਸ ਸੰਬੰਧੀ ਅਸੀਂ ਇਨਕਮ ਟੈਕਸ ਅਫਸਰ ਨੂੰ ਇਨਫੋਰਮ ਕਰ ਦਿੱਤਾ ਸੀ ਉਸੇ ਟਾਈਮ,
ਅਤੇ ਉਹਨਾਂ ਦੀ ਟੀਮ ਬਾਕੀ ਜਿਹੜੀ ਅਗਲੀ ਕਾਰਵਾਈ ਕਰੂਗੀ ਜੀ। ਅਤੇ ਜਿਹਨਾਂ ਦੀ ਗੱਡੀ ਸੀ, ਜਿਹੜੇ ਗੱਡੀ ਚਲਾ ਰਹੇ ਸੀ, ਉਹਨਾਂ ਨੂੰ ਇੱਕ ਵਾਰੀ ਫਿਰ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕਰ ਰਹੇ ਹਾਂ ਜੀ। ਅਤੇ ਉਹ ਉਹਨਾਂ ਨੇ ਦੱਸਿਆ ਕਿ ਅਸੀਂ ਇਨਕਮ ਟੈਕਸ ਅਫਸਰ ਦਫ਼ਤਰ ਗਏ ਹੋਏ ਹਾਂ, ਉਹ ਆਪਣੇ ਜੋ ਵੀ ਇਸ ਕੈਸ਼ ਸੰਬੰਧੀ ਕੋਈ ਡਾਕੂਮੈਂਟ ਪੇਸ਼ ਕਰਨਗੇ ਉਹਦੇ ਸੰਬੰਧੀ, ਜਿਹੜੀ ਕਿ ਅਗਰ ਉਹ ਇਹਨਾਂ ਦਾ ਕੈਸ਼ ਬਿਲਕੁਲ ਸਹੀ ਹੋਇਆ ਡਾਕੂਮੈਂਟ ਦੇ ਮੁਤਾਬਕ, ਤਾਂ ਉਹ ਕੈਸ਼ ਰਿਲੀਜ਼ ਕੀਤਾ ਜਾਊਗਾ ਇਨਕਮ ਟੈਕਸ ਦਫ਼ਤਰ ਵੱਲੋਂ, ਅਤੇ ਅਗਰ ਕੋਈ ਇੱਦਾਂ ਦੀ ਗੱਲਬਾਤ ਹੈ ਅਸੀਂ ਬਣਦੀ ਕਰ ਜੀ। ਹੁਣ ਤੱਕ ਕੋਈ ਗੱਲ ਸਾਹਮਣੇ ਆਈ ਹੈ ਵੀ ਉਹ ਕੈਸ਼ ਕਿੱਥੋਂ ਲੈ ਕੇ ਆ ਰਹੇ ਸੀ ਅਤੇ ਕਿੱਥੇ ਜਾ ਰਹੇ ਸੀ ਯੂਜ਼ ਕਰਨ ਲਈ? ਦੇਖੋ ਜੀ, ਉਹ ਆਪਣੇ ਜਿਹੜੇ ਗੱਡੀ ਜੋ ਭੱਜ ਗਏ ਗੱਡੀ ਛੱਡ ਕੇ, ਜਿੰਨਾ ਚਿਰ ਉਹ ਸਾਹਮਣੇ ਨਹੀਂ ਆਉਂਦੀ ਉੱਨਾ ਚਿਰ ਅਸੀਂ ਕੁਛ ਨਹੀਂ ਕਰ ਸਕਦੇ। ਉਹ ਦੱਸਣਗੇ ਵੀ ਕੈਸ਼ ਕਿੱਥੋਂ ਆਇਆ, ਉਹ ਦੱਸਣਗੇ, ਉਹਦੇ ਬਾਰੇ ਉਹੀ ਜਾਣਦੇ। ਮਤਲਬ ਕੈਸ਼ ਗੱਡੀ ਦੇ ਵਿੱਚ ਹੀ ਛੱਡ ਕੇ ਭੱਜ ਗਏ? ਹਾਂਜੀ ਹਾਂਜੀ।